ਲੋਕਾਂ ਨੇ ਹੁਣ ਤੁਹਾਨੂੰ ਇਸ ਵਾਰੀ ਸਰਪੰਚ ਵਾਸਤੇ ਤੁਹਾਨੂੰ ਨੋਮੀਨੇਟ ਕੀਤਾ ਹੈ ਵੀ ਤੁਸੀਂ ਚੋਣ ਲੜੋ ਤੇ ਠੀਕ ਹੈ ਅਸੀਂ ਪਤਾ ਕੀਤਾ ਸੀ ਸੁਣਿਆ ਸੀ ਕਹਿੰਦੇ ਵੀ ਰਿਸ਼ੀਪਾਲ ਮੁੰਡਾ ਪੜ੍ਹੇ ਲਿਖਿਆ ਹੈ ਕੁਛ ਸਾਡਾ ਕਰ ਸਕਦਾ ਹੈ ਤੇ ਤੁਸੀਂ ਕੀ ਪਲਾਨ ਕੀਤਾ ਹੈ ਲੋਕਾਂ ਨੂੰ ਕਿਆ ਸਮਝਾਇਆ ਵੀ ਅਸੀਂ ਕਿਸ ਤਰ੍ਹਾਂ ਕਰਾਂਗੇ ਆਪਾਂ ਪਿੰਡ ਦੇ ਪੂਰਾ ਵਿਕਾਸ ਕਰਾਵਾਂਗੇ ਜੀ ਜਿਹੜਾ ਵੀ ਇਹ ਗੰਦਗੀ ਟੋਪੇ ਹੈ ਜੋ ਵੀ ਹੈਗਾ ਉਹਦਾ ਤੇ ਇੱਕ ਮੇਰੇ ਪਿੰਡ 'ਚ ਧਰਮਸ਼ਾਲਾ ਦੀ ਬਹੁਤ ਬੜੀ ਕਮੀ ਆ ਜੀ 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 ਉਹਨੂੰ ਪਹਿਲ ਦੇ ਆਧਾਰ 'ਤੇ ਆਪਾਂ ਪੂਰਾ ਕਰਾਂਗੇ ਧਰਮਸ਼ਾਲਾ ਹੈ ਹੀ ਨਹੀਂ ਬਿਲਕੁਲ ਵੀ ਹੈ ਹੀ ਨਹੀਂ ਜੀ ਅੱਜ ਆਪਾਂ ਕੋਈ ਬਰਾਤ ਤਰਦੇ ਆ ਪਰਸਨਲ ਕਿਸੇ ਦੇ ਘਰ ਤਰਦੇ ਆ ਕੋਈ ਮੈਰਿਜ ਪਹਿਲੇ ਧਰਮਸ਼ਾਲਾ ਗਰਾਊਂਡ ਮੈਰਿਜ ਪਾਲਸ ਦਾ 18 ਲੱਖ ਰੁਪਇਆ ਆਇਆ ਸੀ ਜੀ ਇਹਦੇ ਪਿੱਲਰ ਪਿੱਲਰ ਖੜੇ ਹੋਏ ਆ ਅੱਜ ਤੱਕ ਅੱਛਾ 18 ਲੱਖ ਰੁਪਏ 'ਚ 16-18 ਲੱਖ ਰੁਪਏ ਦੀ ਗ੍ਰਾਂਟ ਆਈ ਸੀ ਅੱਛਾ ਰਾਜ ਪੁਰਾਣਾ ਜੀ ਦੇ ਕੇ ਗਏ ਸੀ ਸਾਹਿਬ ਅੱਛਾ ਉਹਦੇ ਪਿੱਲਰ ਪਿੱਲਰ ਖੜੇ ਆ ਉਹ ਤੁਸੀਂ ਮੌਕੇ ਤੇ ਵੀ ਜਾ ਕੇ ਦੇਖ ਸਕਦੇ ਹੋ ਅੱਛਾ ਹੋਰ ਕੋਈ ਹੈ 18 ਲੱਖ ਸਿਰਫ ਪਿੱਲਰ ਖੜੇ ਆ ਉਹ ਪਿੱਲਰ ਪਿੱਲਰ ਖੜੇ ਆ ਅੱਛਾ ਤੁਸੀਂ ਹੋਰ ਵੀ ਕੋਈ ਗੱਲ ਦੱਸ ਰਹੇ ਸੀ ਵੀ ਗ੍ਰਾਮ ਪੰਚਾਇਤ ਦੇ ਲੋਕਾਂ ਨੇ ਪਰਚੇਜ਼ਿੰਗ ਵਿੱਚ ਖਰੀਦਦਾਰੀ ਵਿੱਚ ਉਹ ਜਿਹੜੇ ਗੱਟਾ ਪੱਥਰ ਖਰੀਦਿਆ ਉਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਪਿਛਲੀ ਪੰਚਾਇਤ ਨੇ ਜਿਹੜੇ ਵੀ ਕੰਮ ਕਰਾਏ ਆ ਉਹਦੀ ਮੈਂ RTI ਤਹਿਤ ਮੰਗੀ ਸੀ ਰਿਪੋਰਟ ਆਈ ਹੈ ਮੇਰੇ ਕੋਲ ਹੁਣ ਇਹ ਮੰਨ ਕੇ ਚੱਲੋ ਮੈਂ ਤੁਹਾਨੂੰ ਕਾਗਜ਼ਾਂ ਦੇ ਆਧਾਰ 'ਤੇ ਦਿਖਾ ਵੀ ਸਕਦਾ ਹਾਂ ਮੇਰੇ ਕੋਲ ਪਿਆ ਸਾਰਾ ਡਾਕੂਮੈਂਟ ਪਏ ਆ ਅਤੇ ਉਹਦੇ ਵਿੱਚ ਜਿਹੜਾ ਗੱਟਕਾ ਹੈ ਲਾਲ ਗੱਟਕਾ ਹੈ ਬਾਜਰੀ ਹੈ ਉਹ 45 ਰੁਪਏ ਫੁੱਟ ਉਸਦੇ ਸੈਂਕੜੇ ਦੇ ਹਿਸਾਬ ਨਾਲ ਇਹਨਾਂ ਨੇ ਬਾਜੀਆ ਸਿਮੈਂਟ ਸਟੋਰ ਤੋਂ ਬਿੱਲ ਬਣਵਾਏ ਹੋਏ ਉਹ ਦੱਸੋ ਵੀ 45 ਰੁਪਏ ਤੱਕ ਆਉਂਦੇ ਹੀ ਨਹੀਂ ਹੈਗੀ ਜੀ ਇਹ ਚੀਜ਼ ਇਹ ਤਾਂ 10-15 ਰੁਪਏ ਉਹ ਸਾਰਿਆਂ ਨੂੰ ਪਤਾ ਹੀ ਹੈ ਜੀ ਇਹ ਸਾਰੇ ਕੱਪੜੇ ਹੋਏ ਆ ਸਟਰੀਟ ਲਾਈਟਸ ਵਗੈਰਾ ਵੀ ਲਗਵਾਈਆਂ ਜੀ ਕੁਛ ਆਪਾਂ ਪਿੰਡ 'ਚੋਂ ਪਹਿਲਾਂ ਯੂਥ ਨੇ ਪੈਸੇ ਇਕੱਠੇ ਕਰਕੇ ਆਪਣੇ ਪੰਨਾਂ ਲਵਾਈ ਸੀ ਕੁਛ ਹੁਣ ਥੋੜ੍ਹੀ ਜਿਹੀ ਪੰਚਾਇਤ ਨੇ ਲਵਾਈ ਸੀ ਉਹ ਵੀ ਬੰਦ ਬੁੰਦ ਹੋ ਗਈਆਂ ਕੁਛ ਫਿਰ ਹੁਣ ਲੋਕਾਂ ਨੇ ਆਪਣੇ ਘਰਾਂ ਦੇ ਮੂਹਰੇ ਆਪ ਹੀ ਲਵਾਈਆਂ ਕੁਛ ਜਿਵੇਂ ਮੈਂ ਵੀ ਆਪਣੇ ਇੱਥੇ ਚੌਂਕ 'ਚ ਲਵਾਈ ਇੱਥੇ ਕੋਈ ਸਿਲਾਈ ਸੈਂਟਰ ਕੋਈ ਟ੍ਰੇਨਿੰਗ ਸੈਂਟਰ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਕੋਈ ਪ੍ਰੋਜੈਕਟ ਨਹੀਂ ਹੈ ਕੋਈ ਪ੍ਰੋਜੈਕਟ ਨਹੀਂ ਕੋਈ ਪ੍ਰੋਜੈਕਟ ਨਹੀਂ ਹੈ ਕੁੜੀਆਂ ਵਾਸਤੇ ਜਿਹੜੀ ਘਰੇਲੂ ਕੁੜੀਆਂ ਹੈ ਉਹ ਕੁਛ ਕੰਮ ਸਿੱਖਣ ਨੂੰ ਕੁਛ ਪੰਚਾਇਤ ਨੇ ਅੱਜ ਤੱਕ ਧਿਆਨ ਹੀ ਨਹੀਂ ਦਿੱਤਾ ਸਰ ਜਦਕਿ ਗਵਰਨਮੈਂਟ ਪ੍ਰੋਜੈਕਟ ਦਿੰਦੀ ਹੈ ਦਿੰਦੀ ਹੈ ਸਰ ਪਰ ਸਾਡੇ ਤੁਹਾਡੇ ਕੋਲ ਕੁੜੀਆਂ ਹੈ ਜਾਂ ਬੱਚੇ ਇਸ ਤਰ੍ਹਾਂ ਦੇ ਹੈ ਬੱਚੇ ਹੈਗੇ ਜੀ ਸੈਂਟਰ ਤੇ ਗਵਰਨਮੈਂਟ ਉਹਦਾ ਤੁਸੀਂ ਰੈਗੂਲੇਸ਼ਨ ਪਾਓਗੇ ਗਵਰਨਮੈਂਟ ਉਹਦਾ ਪ੍ਰੋਜੈਕਟ ਦਿੰਦੀ ਹੈ ਤੁਹਾਨੂੰ ਜ਼ਮੀਨ ਤੁਹਾਡੇ ਕੋਲ ਹੈ ਹੀ ਹੈ ਤੇ ਸਾਡਾ ਪਿੰਡ ਤੇ ਮਾਈਨਿੰਗ ਵੀ ਅਵੈਧ ਮਾਈਨਿੰਗ ਵੀ ਤੁਹਾਡੇ ਪਿੰਡ 'ਚ ਹੋ ਰਹੀ ਹੈ ਜੀ ਅਵੈਧ ਮਾਈਨਿੰਗ ਹੋਈ ਹੈ ਜੀ ਇਹ ਤਾਂ ਕਹਿੰਦੇ ਆ ਵੀ ਅਸੀਂ ਰੂਲ ਦੇ ਮੁਤਾਬਕ ਕੀਤੀ ਆ ਪਰ ਜੇ ਰੂਲ ਹੀ ਮੰਨੇ ਜੀ 3 ਮੀਟਰ ਤੱਕ ਹੀ ਆਪਾਂ ਮਾਈਨਿੰਗ ਕਰ ਸਕਦੇ ਹਾਂ ਲਗਭਗ ਸਰਕਾਰ ਵੀ ਬੋਲੀ ਕਰਦੀ ਹੈ ਮਾਈਨਿੰਗ ਡਿਪਾਰਟਮੈਂਟ ਬੋਲੀ ਕਰਦਾ ਤਾਂ 3 ਮੀਟਰ ਤੱਕ ਮੰਨੇ ਚਲੋ ਮੈਕਸਿਮਮ 9-10 ਫੁੱਟ ਤੱਕ 9-10 ਫੁੱਟ ਇੱਥੇ ਜਿਹੜੀ ਮਾਈਨਿੰਗ ਹੋਈ ਵੀ ਹੈ ਮੌਕੇ ਦੇਖ ਵੀ ਸਕਦੇ ਹੋ ਉਹ 40-40 ਫੁੱਟ ਤੱਕ ਹੋਈ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਕੋਈ ਜਾਣਕਾਰੀ ਨਹੀਂ ਹੋਇਆ ਜੀ ਇਹ 2015 ਤੋਂ ਜਿਸ ਟਾਈਮ BJP ਅਕਾਲੀ ਦਲ ਦੀ ਸਰਕਾਰ ਸੀ ਉਸ ਟਾਈਮ ਤੋਂ ਮਾਈਨਿੰਗ ਚੱਲਦੀ ਹੈ ਇੱਥੇ ਤੇ ਪਿੰਡ ਦੇ ਨੇ ਕਾਫੀ ਇਕੱਠ ਕੀਤੇ ਕਾਫੀ ਕੁਛ ਕੀਤਾ ਪਰ ਕਿਸੇ ਨੇ ਨਹੀਂ ਸੁਣੀ ਅਫਸਰ ਸਾਹਿਬ ਨੇ ਕਿਸੇ ਨੇ ਨਹੀਂ ਸੁਣੀ ਪੰਚਾਇਤ ਸਰਪੰਚ ਨੂੰ ਵੀ ਕਿਹਾ ਸਰਪੰਚ ਕਹਿੰਦਾ ਆਪਾਂ ਤਾਂ ਕਰਤਾ ਜੋ ਕਰਨਾ ਤੁਸੀਂ ਜੋ ਕਰਨਾ ਇਹ ਗੱਲ ਪਿੰਡ ਇਕੱਠਾ ਵੀ ਹੋਇਆ ਕਈ ਪਿੰਡ ਇੱਥੇ ਲੜਾਈ ਝਗੜੇ ਵੀ ਹੋਏ ਆ ਸਾਡਾ ਤੱਕ ਵੀ ਗੱਲ ਗਈ ਹੈ ਪਰਚੇ ਵੀ ਹੋਣ ਲੱਗੇ ਸੀ ਉਹਦੇ ਬੰਦਿਆਂ 'ਤੇ ਠੇਕੇਦਾਰ ਕਰਾਉਣ ਲੱਗੇ ਸੀ ਪਰ ਕਿਸੇ ਨੇ ਕੋਈ ਤੇ ਕੁਛ ਜਿਹੜੀ ਜ਼ਮੀਨ ਪਈ ਸੀ ਉਹ 'ਚ ਮੈਨੇ ਕਰਾਤੀ ਹੁਣ ਜਿਹੜੇ ਗਰੀਬ ਬੰਦੇ ਆ ਉਹ ਠੇਕੇ 'ਤੇ ਲੈ ਲੈਂਦੇ ਸੀ ਲੀਜ਼ 3 ਸਾਲ ਵਾਸਤੇ ਖੇਤੀ ਵਗੈਰਾ ਕਰ ਲੈਂਦੇ ਸੀ ਜੀ ਹੁਣ ਇਹਨਾਂ ਨੇ ਪਟਾਤੀਆਂ ਜ਼ਮੀਨਾਂ ਹੁਣ ਠੇਕੇਦਾਰਾਂ ਨੇ ਲੈ ਲਈਆਂ ਜੀ ਹੁਣ ਠੇਕੇਦਾਰਾਂ ਤੋਂ ਬਿਨਾਂ ਕਿਸੇ ਬੰਦੇ ਨੇ ਸਾਡੇ ਜ਼ਮੀਨ ਨਹੀਂ ਖਰੀਦ ਸਕਿਆ ਠੇਕੇਦਾਰ ਤਾਂ ਆਪਣਾ ਵੱਧ ਪੈਸੇ ਦੇ ਕੇ ਗੋਡੀ ਦੇ ਕੇ ਲੈ ਲੈਂਦੇ ਸੀ ਹੁਣ ਗਰੀਬ ਬੰਦਾ ਤਾਂ ਖੇਤੀ ਕਰੇਗਾ ਉਹ 'ਚ ਜਦਕਿ ਫਸਟ ਪ੍ਰਾਇਓਰਟੀ ਤਾਂ ਪਿੰਡ ਵਾਲੇ ਨੂੰ ਹੁੰਦੀ ਹੈ ਵੀ ਗੱਲ ਜੇ ਕਿਸੇ ਨੇ ਲੀਜ਼ 'ਤੇ ਕੋਈ ਲੈਣਾ ਹੈ ਤੇ ਪਿੰਡ ਦਾ ਕੋਈ ਬੰਦਾ ਜੇ ਕੋਈ ਇੰਟਰਸਟਿਡ ਹੋਏ ਤੇ ਪਿੰਡ ਦੇ ਨੇ ਹੁਣ ਇਸ ਸਾਲ ਇੱਕ ਵੀ ਟੱਕ ਦੀ ਬੋਲੀ ਨਹੀਂ ਦੇ ਸਕੀ ਕਿਉਂ ਨਹੀਂ ਦੇਈ ਬੋਲੀ ਪਿੰਡ ਵਾਲੇ ਬੋਲੀ ਤਾਂ ਨਹੀਂ ਦਿੱਤੀ ਸੀ ਜੀ ਜ਼ਿਮੀਦਾਰ ਤੱਕ 10 ਕਿੱਲਿਆਂ ਦਾ ਟੱਕ ਜਿਹੜਾ ਖਰੀਦਾ ਜੀ ਉਹਦੀ ਮੰਨੇ ਚਲੋ ਵੀ 1,00,000 ਰੁਪਇਆ ਜਾਂ 1,20,000 ਰੁਪਏ ਤੱਕ ਬੋਲੀ ਦੇ ਸਕਦਾ 12-15,000 ਰੁਪਏ ਕਿੱਲੇ ਤੱਕ ਦੀ ਉਹਨੇ ਫਸਲ ਕੱਢਣੀ ਉੱਥੋਂ ਜਿਹੜੇ ਠੇਕੇਦਾਰ ਨੇ ਉਹਨਾਂ ਕੋਲ ਤਾਂ ਰੇਤਾ ਪਟਾਣਾ ਜੀ ਉਹਨਾਂ ਨੇ ਬੋਲੀ ਦਿੱਤੀ ਉੱਥੇ 2,50,000 ਰੁਪਏ ਤੱਕ 3-3 ਤੱਕ ਜੀ ਆਪਣਾ ਬੰਦਾ ਕਿੱਥੇ ਲਏਗਾ ਜੀ ਇੱਕ ਜ਼ਿਮੀਦਾਰ 2,50,000 ਰੁਪਇਆ ਕਿੱਥੇ ਲਾਏਗਾ ਜੀ ਉੱਥੇ ਫਿਰ ਘੱਗਰ ਦਾ ਪਾਣੀ ਹੈ ਡੀਜ਼ਲ ਇੰਨਾ ਮਹਿੰਗਾ ਹੋਇਆ ਵਾ ਜੀ ਘੱਗਰ ਤੋਂ ਅੰਜਣ ਰੱਖ ਕੇ ਪਾਣੀ ਦਿੰਦੇ ਆ ਉਹ ਤਾਂ ਬਹੁਤ ਮਹਿੰਗੀ ਪੈ ਜਾਂਦੀ ਹੈ ਜਿਹਨੇ ਕਿਸੇ ਨੇ ਲਈ ਆ ਉਹਨੂੰ ਘੱਟਾ ਪੈ ਜਾਏਗਾ ਇੰਨੀ ਮਹਿੰਗੀ ਲੈ ਨਹੀਂ ਸਕਦਾ ਠੇਕੇਦਾਰਾਂ ਨੇ ਰੇਤਾ ਚੁਕਾਉਣਾ ਉਹਨਾਂ ਨੇ ਸਾਰੀ ਜ਼ਮੀਨ ਇਸ ਵਾਰ ਸਾਰੀ ਜ਼ਮੀਨ ਠੇਕੇਦਾਰਾਂ ਦੇ ਨਾਂ 'ਤੇ ਬੋਲੀ ਦਿੱਤੀ ਹੈ ਉਹਨਾਂ ਨੇ ਲਈ ਹੈ
ਪਿੰਡ ਦੇ ਕਿਸੇ ਬੰਦੇ ਨੂੰ ਵੀ ਨਹੀਂ ਪਹਿਲਾਂ ਪਿੰਡ ਦੇ ਬੰਦੇ ਕੋਈ 2 ਕਿੱਲੇ ਲੈ ਲੈਂਦੇ ਸੀ ਕੋਈ 4 ਲੈਂਦਾ ਸੀ 10 ਕਿੱਲੇ ਦਾ ਟੱਕ 4 ਬੰਦੇ ਮਿਲ ਕੇ ਲੈ ਲੈਂਦੇ ਸੀ ਆਪਣੇ ਕਈ ਬੰਦੇ ਬੈਠੇ ਆ ਵੀ ਲੈਂਦੇ ਸੀ ਜ਼ਮੀਨ ਹੁਣ ਐਤਕੀ ਕੋਈ ਜ਼ਮੀਨ ਨਹੀਂ ਹਾਂਜੀ ਜੋ ਵੀ ਇਨਕਮ ਬਹੁਤ ਆ ਮੇਰੇ ਪਿੰਡ ਨੂੰ ਹੁਣ ਐਤਕੀ ਜ਼ਮੀਨ ਵੀ ਬਹੁਤ ਆ ਵੀ ਮਤਲਬ ਆਵਾ ਐਸਾ ਕਰ ਵੀ ਆਵਾ ਗਰੰਟਾਂ ਵੀ ਆਈਆਂ ਪਰ ਕੋਈ ਵਿਕਾਸ ਕੇ ਪ੍ਰਤੀ ਜਾਂ ਸਫਾਈ ਕੇ ਪ੍ਰਤੀ ਮੇਰੇ ਪਿੰਡ ਵਿੱਚ ਅੱਜ ਤੱਕ ਕੋਈ ਧਰਮਸ਼ਾਲਾ ਵੀ ਨਹੀਂ ਹੈਗੀ ਜਿਸ 'ਚ ਆਪਾਂ ਕੋਈ ਵਿਆਹ ਸ਼ਾਦੀ ਜਾਂ ਕੋਈ ਫੰਕਸ਼ਨ ਵਗੈਰਾ ਕਰ ਪਾਣੀ ਦੀ ਨਿਕਾਸੀ ਵੀ ਨਹੀਂ ਲੱਗਦਾ ਪ੍ਰੋਪਰ ਪਾਣੀ ਦੀ ਨਿਕਾਸੀ ਕੋਈ ਨਾਲਾ ਨਹੀਂ ਪ੍ਰੋਪਰ ਨਹੀਂ ਕੋਈ ਸੀਵਰੇਜ ਨਹੀਂ ਇੱਥੇ ਨਾਲਾ ਤਾਂ ਅੱਜ ਤੱਕ ਮੰਨੇ ਤੁਲ ਕੋਈ ਵੀ ਨਹੀਂ ਬਣਿਆ ਅੱਛਾ ਕੋਈ ਆਪਣਾ ਜਿਹੜੇ ਜਿੰਨੇ ਵੀ ਟੁੱਬੇ ਪਏ ਆ ਉਹ ਸਾਰੇ ਗੰਦਗੀ ਨਾਲ ਭਰੇ ਹੋਏ ਆ ਹਾਂਜੀ ਉਹ ਸਾਰੇ ਤੁਸੀਂ ਦੇਖੇ ਹੀ ਹੋ ਨਾ ਸਕੂਲ ਸਕੂਲ ਦੀ ਕੀ ਪੋਜੀਸ਼ਨ ਹੈ ਤੁਹਾਡੇ ਇੱਥੇ ਹੈਲਥ ਹੈਲਥ ਸਿਸਟਮ ਜਿਹੜੇ ਹੈਲਥ ਸੈਂਟਰ ਹੈ ਪ੍ਰਾਇਮਰੀ ਹੈਲਥ ਸੈਂਟਰ ਕੋਈ ਹੈ ਇੱਥੇ ਹੈਲਥ ਸੈਂਟਰ ਇੱਥੇ ਕੋਈ ਨਹੀਂ ਹੈਗਾ ਪਸ਼ੂ ਹਸਪਤਾਲ ਹੈ ਜੀ ਇੱਥੇ ਆਪਣੇ 4-5 ਪਿੰਡਾਂ 'ਚ ਕੋਈ ਨਹੀਂ ਹੈਗਾ ਪਸ਼ੂ ਹਸਪਤਾਲ ਕੋਈ ਨਹੀਂ ਜਦਕਿ ਇੱਥੇ ਪਸ਼ੂਆਂ ਦਾ ਜ਼ਿਆਦਾ ਕਾਰੋਬਾਰ ਹੈ ਅੱਛਾ ਹਾਂ ਇਸ ਮੇਰੇ ਏਰੀਏ 'ਚ ਪਸ਼ੂਆਂ ਦਾ ਜ਼ਿਆਦਾ ਕਾਰੋਬਾਰ ਹੈ ਮੇਰੇ ਪਿੰਡ 'ਚ ਹੈ ਛੱਪੜ ਮਨੋਲੀ 'ਚ ਲੇਕਿਨ ਕੋਈ ਵੀ ਅਸੀਂ ਡਾਕਟਰ ਨੂੰ ਬਾਹਰ ਤੋਂ ਬੁਲਾਉਂਦੇ ਹਾਂ 500-600 ਰੁਪਏ ਫੀਸ ਲੈਂਦਾ ਆਉਣ ਆਉਣ ਦੀ ਉਸ ਤੋਂ ਇਲਾਵਾ ਦਵਾਈਆਂ ਅਲੱਗ ਤੋਂ ਇੱਥੇ ਦੁੱਧ ਵੇਚ ਕੇ ਹੀ ਬੰਦੇ ਰੁਜ਼ਗਾਰ ਦਾ ਜ਼ਿਆਦਾ ਕੰਮ ਕਰਦੇ ਹਾਂ ਅੱਛਾ ਉਸਦੇ ਪ੍ਰਤੀ ਕਿਸੇ ਨੇ ਅੱਜ ਤੱਕ ਕੋਈ ਧਿਆਨ ਨਹੀਂ ਕੋਈ ਧਿਆਨ ਨਹੀਂ ਕਿਸੇ ਸਰਕਾਰ ਨੇ ਵੀ ਧਿਆਨ ਨਹੀਂ ਦਿੱਤਾ ਅੱਜ ਤੱਕ ਵਿਸ਼ਵਾਸ ਬਣਾ ਕੇ ਰੱਖਾਂਗੇ ਪਿੰਡ ਦਾ ਵਿਕਾਸ ਕਰਾਂਗੇ ਤੇ ਜਿਹੜੇ ਵੀ ਕੰਮ ਪਏ ਆ ਅਧੂਰੇ ਉਹਨਾਂ ਨੂੰ ਪੂਰੇ ਕਰਾਂਗੇ ਜੀ ਧੰਨਵਾਦ ਜੀ